ਅਮਦਾਰ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਮੈਂ ਹਰਪ੍ਰੀਤ ਸਿੰਘ ਪੱਟੀ ਹਾਜ਼ਰ ਹਾਂ ਤਾ ਹਸ਼ਿਆਰਪੁਰ ਦੇ ਵਿੱਚ ਵੱਡਾ ਧਮਾਕਾ ਹੋਇਆ ਧਮਾਕਾ ਹੋਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਪਾਇਆ ਜਾ ਰਿਹਾ ਇਹ ਪੂਰੀ ਘਟਨਾ ਬਾਰੇ ਵੀ ਤੁਹਾਨੂੰ ਦੱਸ ਦੇਣਾ ਤਾਂ ਹਸ਼ਿਆਰਪੁਰ ਦੇ ਮਹੱਲਾ ਸਨ ਸਿਟੀ ਦੇ ਵਿੱਚ ਇੱਕ ਪੈਟਰੋਲ ਬੰਬ ਜਿਹੜਾ ਹੈਗਾ ਧਮਾਕਾ ਹੋਇਆ ਧਮਾਕਾ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ دہشت ਫੈਲ ਗਈ ਦਾ ਪਰਿਵਾਰਕ ਮੈਂਬਰ ਜਿਹੜੇ ਹੈਗੇ ਸੀਗੇ ਸੁੱਤੇ ਪਏ ਸੀਗੇ ਤਾਂ ਉਹਨਾਂ ਨੇ ਜਿਆਦਾ ਇਸ ਨੂੰ ਸੀਰੀਅਸ ਨਹੀਂ ਲਿਆ ਪਰ ਉਹਨਾਂ ਦੇ ਪੈਰਾਂ ਹੇਠੋਂ ਮਿੱਟੀ ਉਸ ਵੇਲੇ ਨਿਕਲੀ ਜਦੋਂ ਉਹਨਾਂ ਨੇ ਸੀਸੀਟੀਵੀ ਤਸਵੀਰਾਂ ਨੂੰ ਚੈੱਕ ਕੀਤਾ 7 ਧਮਾਕਾ ਹੋਣ ਤੋਂ ਬਾਅਦ ਜਿਹੜੀ ਹੈਗੀ ਆ ਸੀਆਈਡੀ ਸੀਆਈ ਸਟਾਫ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਲਗਾਤਾਰ ਘਟਨਾ ਸਥਾਨ ਤੇ ਪਹੁੰਚ ਗਿਆ ਤਾਂ ਦਰਸ਼ਕੋ ਤੁਹਾਨੂੰ ਪੂਰੀ ਵਾਰਦਾਤ ਹੈਗੀ ਆ ਜਿਹੜੀ ਉਸ ਦੇ ਬਾਰੇ ਵੀ ਜਾਣਕਾਰੀ ਦਿੰਨੇ ਆ ਤਾਂ ਤੜਕੇ 2:30 ਵਜੇ ਦੀ ਜਿਹੜੀ ਹੈਗੀ ਹੈ ਘਟਨਾ ਦੱਸੀ ਜਾ ਰਹੀ ਹੈ ਪਰਿਵਾਰ ਘਰੇ ਸੁੱਤਾ ਪਿਆ ਹੋਇਆ ਸੀਗਾ ਤਾਂ ਦੋ ਸ਼ਰਾਰਤੀ ਅੰਸਰ ਆਉਂਦੇ ਨੇ ਤੇ ਘਰ ਦੇ ਵਿੱਚ ਪੈਟਰੋਲ ਬੰਬ ਸੁੱਟ ਦਿੰਦੇ ਨੇ ਪੈਟਰੋਲ ਬੰਬ ਸੁੱਟਣ ਤੋਂ ਬਾਅਦ ਘਰ ਦੇ ਵਿੱਚ ਅਚਾਨਕ ਜਿਹੜਾ ਵੱਡੇ ਧਮਾਕੇ ਦੀ ਆਵਾਜ਼ ਆਉਂਦੀ ਹੈ ਪਰ ਪਰਿਵਾਰ ਨੂੰ ਜਿਆਦਾ ਸੀਰੀਅਸ ਨਹੀਂ ਲੈਂਦਾ ਤੇ ਅਣਗੋਲੀਆਂ ਕਰ ਲੈਂਦਾ ਇਹ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਧੁਮਾਕੇ ਤੋਂ ਬਾਅਦ ਘਰ ਦੇ ਮੂਹਰੇ ਅੱਗ ਲੱਗ ਜਾਂਦੀ ਹੈ ਤੇ ਕੋਲ ਜੜੀਆਂ ਕੀਮਤੀ ਤੇ ਮਹਿੰਗੀ ਗੱਡੀਆਂ ਵੀ ਖੜੀਆਂ ਹੁੰਦੀਆਂ ਨੇ ਤੇ ਵੱਡਾ ਨੁਕਸਾਨ ਹੋਣ ਤੋਂ ਬਚ ਜਾਂਦਾ ਇਸ ਸਬੰਧ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈਗਾ ਕਿ 2:30 ਵਜੇ ਦਾ ਟਾਈਮ ਸੀਗਾ ਅਸੀਂ ਉੱਟ ਕੇ ਜਦੋਂ ਸਵੇਰੇ ਚੈੱਕ ਕੀਤਾ ਤਾਂ ਪਹਿਲਾਂ ਇਸ ਨੂੰ ਜਿਹੜਾ ਹੈਗਾ ਨਾਰਮਲ ਵਰਨ ਸਮਝਿਆ ਯਾਨੀ ਕਿ ਨਾਰਮਲ ਜਿਹੜਾ ਹੈਗਾ ਆਮ ਇਹਨਾਂ ਨੇ ਅੱਗ ਦੀ ਘਟਨਾ ਤਾਂ ਜੀ ਵੀ ਸ਼ਾਇਦ ਕਿਤੇ ਸ਼ਾਰਟ ਸਰਕਟ ਹੋਣ ਦੇ ਨਾਲ ਇਹ ਧਮਾਕਾ ਹੋ ਗਿਆ ਪਰ ਜਦੋਂ ਘਰ ਦੀ ਉੱਥੇ ਪਏ ਸਮਾਨ ਦੀ ਸਾਫ ਸਫਾਈਆ ਕਰਨ ਲੱਗੇ ਤਾਂ ਕੋਲ ਕੱਚ ਦੀ ਬੋਤਲ ਜਿਹੜੀ ਹੈਗੀ ਆ ਟੁੱਟੀ ਹੋਈ ਦੇਖੀ ਤਾਂ ਉਸ ਨੂੰ ਸ਼ੱਕ ਪਿਆ ਤਾਂ ਇਸ ਤੋਂ ਬਾਅਦ ਸੀਸੀਟੀਵੀ ਤਸਵੀਰਾਂ ਦੇਖੀਆਂ ਤਾਂ ਦੋ ਦੋ ਬੰਦੇ ਤਸਵੀਰਾਂ ਦੇ ਵਿੱਚ ਕੈਦ ਹੋਏ ਜੋ ਘਰ ਦੇ ਨੇੜੇ ਤੇੜੇ ਘੁੰਮ ਰਹੇ ਸਨ ਤੇ ਬਾਅਦ ਵਿੱਚ ਜਦੋਂ ਤਸਵੀਰਾਂ ਨੂੰ ਅੱਗੇ ਫਾਰਵਰਡ ਕਰਕੇ ਦੇਖਿਆ ਤਾਂ ਮੰਜ਼ਰ ਕੁਝ ਹੋਰੇ ਬਣ ਗਿਆ ਇੱਕ ਬੰਦੇ ਦੇ ਹੱਥ ਦੇ ਵਿੱਚ ਪੈਟਰੋਲ ਦੀ ਬੋਤਲ ਸਾਫ਼ ਤਰਤੇ ਆ ਬਿਲਕੁਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇੱਕ ਨਾਮਾਲੂਮ ਵਿਅਕਤੀ ਵੱਲੋਂ ਬੋਤਲ ਨੂੰ ਅੱਗ ਲਾਈ ਜਾਂਦੀ ਹੈ ਤੇ ਘਰ ਦੇ ਵਿੱਚ ਸੁੱਟ ਦਿੱਤੀ ਜਾਂਦੀ ਆ ਨਾਲ ਹੀ ਉਸ ਤਸਵੀਰ ਦੇ ਵਿੱਚ ਦੂਜਾ ਸ਼ਖਸ ਵੀ ਆ ਜਿਹੜਾ ਨਜ਼ਰ ਆਉਂਦਾ ਹੈ ਬੋਤਲ ਸੁੱਟਣ ਤੋਂ ਬਾਅਦ ਘਰ ਦੇ ਵਿੱਚ ਜੋਰਦ ਨੇ ਬਲਾਸਟ ਹੁੰਦਾ ਹੈ ਤੇ ਘਰ ਦੇ ਮੇਨ ਗੇਟ ਅੱਗੇ ਅੱਗ ਲੱਗ ਜਾਂਦੀ ਹੈ ਅੱਗ ਕਾਫੀ ਧੀਰ ਜਿਹੜੀ ਹੈਗੀ ਆ ਜਗਦੀ ਰਹਦੀ ਆ ਪਰ ਪਰਿਵਾਰਕ ਮੈਂਬਰ ਅੰਦਰ ਘਰ ਬੰਦ ਹੋਣ ਕਰਕੇ ਕਿਤਾ ਤੁਹਾਨੂੰ ਪਤਾ ਠੰਡ ਦਾ ਮੌਸਮ ਹੈਗਾ ਸਾਰੇ ਦਰਵਾਜ਼ੇ ਘਰ ਦੇ ਬੰਦ ਰਹਿੰਦੇ ਨੇ ਤੇ ਜ਼ਿਆਦਾਤਰ ਖੜਕਾ ਅੰਦਰ ਨਹੀਂ ਸੁਣਿਆ ਪਰ ਜੇਕਰ ਬਾਹਰ ਦੇ ਲੋਕਾਂ ਦੀ ਗੱਲ ਮੰਨੀ ਜਾਵੇ ਤਾਂ ਤਮਾਕੇ ਦੀ ਆਵਾਜ਼ ਬਹੁਤ ਜ਼ੋਰਦਾਰ ਸੀਗੀ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਪੈਟਰੋਲ ਬੰਬ ਇੰਨਾ ਜ਼ਿਆਦਾ ਬਲਾਸਟ ਸੀਗਾ ਕਿ ਟੈਲਾਂ ਨੂੰ ਵੀ ਉਹ ਘਾਟ ਸੁੱਟਿਆ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਘਟਨਾ ਦੀ ਜੜੀ ਹੈਗੀ ਆ ਜਾਜਾ ਲਿਆਇਆ ਜਾ ਰਿਹਾ ਪਰ ਵੱਡੀ ਖਬਰ ਇੱਥੇ ਇਹ ਵੀ ਆ ਕਿ ਕੋਲ ਮਹਿੰਗੀਆਂ ਦੋ ਗੱਡੀਆਂ ਵੀ ਖੜੀਆਂ ਸੀਗੀਆਂ ਜੋ ਕਿ ਇਸ ਅੱਗ ਤੋਂ ਬਾਲਬਾਲ ਬਚ ਗਈਆਂ ਤਾਂ ਕੀ ਕੁਝ ਕਹਿਣਾ ਇਸ ਸੰਬੰਧ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬਾਹਰ ਦਾ ਤੇ ਇਹ ਵੀ ਅਸੀਂ ਰੋਜ਼ ਦੀ ਤਰ੍ਹਾਂ ਨਾ ਆਪਣੇ ਕਾਰੋਬਾਰ ਤੋਂ ਵਾਪਸ ਆ ਕੇ ਘਰ ਆ ਕੇ ਪਰਿਵਾਰ ਦੇ ਨਾਲ ਡਹਿ ਕੇ ਸਾਥ ਨੂੰ ਸੌ ਗਏ ਆ ਜਦੋਂ ਸਵੇਰੇ ਉੱਠ ਕੇ ਜਿੱਦਾਂ ਰੁਟੀਨ 'ਚ ਉੱਠਦੇ ਆ ਉੱਠ ਕੇ ਬਾਹਰ ਜਿਹੜਾ ਮੇਨ ਦਰਵਾਜ਼ਾ ਖੋਲ੍ਹਿਆ ਬਾਉਂਡਰੀ ਦੇ ਅੰਦਰਲਾ ਦਰਵਾਜ਼ਾ ਖੋਲ੍ਹਿਆ ਦੇਖਿਆ ਸਾਰਾ ਕਾਲਾ ਕਾਲਾ ਹੋਇਆ ਪਿਆ ਸੀ ਇਹ ਕਿ ਸ਼ਾਇਦ ਕੋਈ ਨਾਰਮਲ ਚੀਜ਼ ਹੈ ਕਿ ਕੁਝ ਹੋ ਗਿਆ ਹੋਣਾ ਕੋਈ ਬਰਨ ਹੋ ਗਈ ਹੋਣੀ ਮਾੜੀ ਮੋਟੀ ਚੀਜ਼ ਨਾ ਇਸ ਕਰਕੇ ਅਸੀਂ ਬਹੁਤਾ ਫਾਲੋ ਨਹੀਂ ਕੀਤਾ ਫਿਰ ਅਸੀਂ ਕਾਫੀ ਦੇਰ ਜਿੱਦਾਂ ਕੈਮਰੇ ਜਿਹੜਾ ਚੈੱਕ ਕੀਤੇ ਫਿਰ ਸਾਨੂੰ ਕੁਝ ਡਾਊਟ ਜਿਹਾ ਲੱਗਾ ਵੀ ਕੋਈ ਦੋ ਬੰਦੇ ਆ ਜਿਹੜੇ ਉਹ ਘਰ ਦੇ ਕੋਲ ਘੁੰਮ ਰਹੇ ਆ ਤੇ ਕੁਝ ਦੇਰ ਬਾਅਦ ਉਹ ਆਏ ਆ ਉਹਨਾਂ ਨੇ ਕਿਹੇ ਚੀਜ਼ ਨੂੰ ਅੱਗ ਲਾਈ ਆ ਤੇ ਲੱਗ ਲਾ ਕੇ ਸਿੱਟਿਆ ਜਦਕਿ ਉਹਦੇ ਵਿੱਚ ਨਾ ਪੂਰਾ ਪੂਰਾ ਕਲੈਰਟੀ ਦਿਸਦੀ ਪਈ ਆ ਵੀਡੀਓ ਪੂਰੀ ਦੀ ਪੂਰੀ ਦਿਸਦੀ ਪਈ ਆ ਉਹ ਜਿਹੜੀ ਬੋਤਲ ਆ ਉਹ ਸਾਡੇ ਇਸ ਮੇਨ ਗੇਟ ਦੇ ਵਿੱਚ ਘਰ ਦੇ ਜਿੱਥੋਂ ਇਹ ਇੰਟਰੈਸਟ ਕਰਦੇ ਆ ਮੇਨ ਘੇਰ ਘਰ ਆ ਜਿਹੜਾ ਸਾਡਾ ਉਹਦੇ ਵਿੱਚ ਜਾ ਕੇ ਵਰਨ ਹੋਈ ਤਾਂ ਬਹੁਤ ਬੁਰੀ ਤਰ੍ਹਾਂ ਉਹਨੇ ਅੱਗ ਲੱਗੀ ਅਹੀਂ ਬਾਅਦ ਤੋਂ ਸਾਨੂੰ ਪਤਾ ਲੱਗਾ ਵੀ ਅੱਗ ਲੱਗੀ ਹੈ ਕਿਸੇ ਨੇ ਸਾਡੇ ਤੇ ਬਲਾਸਟ ਕੀਤਾ ਕਿਸੇ ਨੇ ਜਦੋਂ ਰਾਤ ਇਹ ਰਾਤ ਕਿੰਨੀ ਵੀ ਦੀ ਘਟਨਾ ਜੀ ਹੈ 8:30 ਵਜੇ ਦੀ ਹੈ ਸਵੇਰ ਦੀ ਤੜਕੇ ਦੀ ਜੀ ਜਦੋਂ ਸੁੱਤੇ ਹੋਏ ਸੀਗੇ ਤੁਸੀਂ ਤਾਂ ਕੋਈ ਰਾਤ ਸਮੇਂ ਕੋਈ ਬਲਾਸਟ ਦੀ ਆਵਾਜ਼ ਆਈ ਹੋਵੇ ਨਹੀਂ ਉਹ ਸਾਡੀ ਮਾਤਾ ਜੀ ਨੂੰ ਮਾਰਾ ਜਿਹਾ ਲੱਗਾ ਪਰ ਜਿਵੇਂ ਆਪਾਂ ਰੁਟੀਨ ਦੇ ਵਿੱਚ ਸੌਂ ਹੀ ਜਾਂਦੇ ਆ ਕੋਈ ਐਡਾ ਕਿਉਂ ਬੇਫਿਕਰ ਜੇ ਹੋ ਕੇ ਸੁੱਤੇ ਹੁੰਦੇ ਜਿੱਦਾਂ ਘਰ ਦੇ ਉਸ ਟੈਕ ਦੇ ਵਿੱਚ ਦੇਖਿਆ ਤਾਂ ਸਵੇਰੇ ਹੀ ਉੱਠ ਕੇ ਸਾਨੂੰ ਸਾਡੇ ਸ਼ੰਕਾ ਪੈਦਾ ਹੋਈ ਹੈ ਕਿਸੇ ਨਾਲ ਕੋਈ ਲੜਾਈ ਝਗੜਾ ਜਿ ਕਿਸੇ ਨਾਲ ਰੰਜ ਇਹ ਕਿਉਂ ਕੀਤਾ ਗਿਆ ਕੀ ਲੱਗਦਾ ਕਰਨ ਤੁਹਾਨੂੰ ਨਹੀਂ ਐਸਾ ਤਾਂ ਕੋਈ ਨਹੀਂ ਹੈਗਾ ਨਾ ਅਸੀਂ ਇਦਾਂ ਦੀ ਚੀਜ਼ਾਂ ਨੂੰ ਬਹੁਤ ਬਹੁਤ ਧੀ ਕਰਦੇ ਹੈਗੇ ਆ ਵੀ ਸਾਡੇ ਨਾਲ ਕਿਸੇ ਨੇ ਕੋਈ ਕੀਤਾ ਹੋਵੇ ਜੇ ਕੋਈ ਦੀ ਆਪਣੀ ਕਿਸੇ ਦੀ ਕੋਈ ਮਨਛਾ ਸਾਡੇ ਪ੍ਰਤੀ ਹੋਵੇ ਉਹ ਸਾਨੂੰ ਉਹਦੇ ਬਾਰੇ ਪਤਾ ਨਹੀਂ ਹੈਗਾ ਹਾਂ ਜ ਪੁਲਿਸ ਨੂੰ ਇਤਲਾਹ ਕੀਤੀ ਸੀ ਡੀਐਸਪੀ ਸਾਹਿਬ ਵੀ ਆਏ ਸੀ ਸਾਰੇ ਓਨਰ ਦੀ ਸਾਰੀ ਸਕਿਉਰਟੀ ਆਈ ਸੀਗੀ ਸੀਆਈਡੀ ਚ ਵੀ ਆਏ ਸੀ ਸੀ ਸਟਾਫ ਚ ਵੀ ਆਏ ਸੀਗੇ ਉਹ ਆਪਣਾ ਵਰਕ ਕਰ ਰਹੇ ਆ ਕਹਿ ਰਹੇ ਸੀਗੇ ਵੀ ਐਸਾ ਇਹਨਾਂ ਨੂੰ ਧਿਆਨ ਚ ਲੈ ਕੇ ਆ ਰਿਹਾ ਹੈ ਸੀਰੀਅਸ ਕੇਸ ਮੰਨਿਆ ਗਿਆ ਹੈ ਇਸ ਗੱਲ ਨੂੰ ਤਾ ਸੁਣਿਆ ਤੁਸੀਂ ਪਰਿਵਾਰਕ ਮੈਂਬਰ ਨੂੰ ਤਾਂ ਪਰਿਵਾਰਕ ਮੈਂਬਰ ਦਾ ਕਹਿਣਾ ਹੈਗਾ ਕਿ ਅਸੀਂ ਸੁੱਤੇ ਪਏ ਸੀਗੇ ਤੇ ਘਰ ਦਾ ਇੱਕ ਪਰਿਵਾਰਕ ਮੈਂਬਰ ਜਾਗਿਆ ਵੀ ਪਰ ਜਿਆਦਾ ਧਿਆਨ ਨਾ ਦਿੱਤਾ ਤਾਂ ਜਦੋਂ ਇਹਨਾਂ ਦੀਆਂ ਗੱਲਾਂ ਸੁਣੀਆਂ ਨੇ ਇਹਨਾਂ ਨੇ ਕਿਹਾ ਕਿ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਸਾਰਾ ਕੁਝ ਹੈ ਜਿਹੜਾ ਕਾਲਾ ਕਾਲਾ ਹੋਇਆ ਪਿਆ ਸੀਗਾ ਤੇ ਪਰਿਵਾਰ ਨੇ ਫਿਰ ਵੀ ਜਿਹੜਾ ਹੈਗਾ ਇਸ ਨੂੰ ਨਾਰਮਲ ਸਮਝਿਆ ਤੇ ਸ਼ਾਰਟ ਸਰਕਟ ਦਾ ਜਿਹੜਾ ਹੈਗਾ ਨਾਮ ਦਿੱਤਾ ਪਰ ਜਦੋਂ ਉੱਥੇ ਪਏ ਸਮਾਨ ਦੀ ਸਫਾਈ ਕਰਨ ਲੱਗੇ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਦੱਸ ਚੁੱਕਿਆ ਕਿ ਜਿਹੜੀ ਹੈਗੀਆਂ ਟੈਲਾਂ ਵੀ ਉਤੋਂ ਉਖੜ ਚੁੱਕੀਆਂ ਸੀਗੀਆਂ ਕਿ ਇਹਨਾਂ ਜਿਆਦਾ ਸ਼ਕਤੀਸ਼ਾਲੀ ਇਹ ਪੈਟਰੋਲ ਬੰਬ ਸੀਗਾ ਉਸ ਤੋਂ ਬਾਅਦ ਸਫਾਈ ਕਰਨ ਵੇਲੇ ਕੱਚ ਦੀ ਬੋਤਲ ਇੱਕ ਨਜ਼ਰ ਆਈ ਤਾਂ ਪਰਿਵਾਰ ਨੂੰ ਸ਼ੱਕ ਪਿਆ ਕਿ ਦਾਲ ਦੇ ਵਿੱਚ ਜਿਹੜਾ ਹੈ ਜ਼ਰੂਰ ਕੋਈ ਕਾਲਾ ਹੈਗਾ ਉਸ ਤੋਂ ਬਾਅਦ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਤਾਂ ਤਸਵੀਰਾਂ ਤੋਂ ਸਾਫ ਹੋਇਆ ਕੇ ਦੋ ਵਿਅਕਤੀ ਜਿਹੜੇ ਹੈਗੇ ਨੇ ਉਹਨਾਂ ਦੇ ਘਰ ਦੇ ਕੋਲ ਘੁੰਮਦੇ ਰਹੇ ਤੇ ਬਾਅਦ ਵਿੱਚ ਇੱਕ ਵਿਅਕਤੀ ਵੱਲੋਂ ਪੈਟਰੋਲ ਦੀ ਬੋਤਲ ਫੜੀ ਜਾਂਦੀ ਹੈ ਤੇ ਉਸ ਨੂੰ ਅੱਗ ਲਾ ਕੇ ਅੰਦਰ ਸੁੱਟ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਮੰਜ਼ਰ ਹੈਗਾ ਤੁਹਾਡੇ ਸਾਹਮਣੇ ਹੈ ਤਸਵੀਰਾਂ ਵੀ ਤੁਹਾਨੂੰ ਜਿਹੜੀਆਂ ਦਿਖਾਈਆਂ ਨੇ ਕਿ ਕਿੰਨਾ ਸ਼ਕਤੀਸ਼ਾਲੀ ਇਹ ਧਮਾਕਾ ਸੀਗਾ ਕੋਲ ਮਹਿੰਗੀਆਂ ਗੱਡੀਆਂ ਖੜੀਆਂ ਸਨ ਤੇ ਉਸ ਤੋਂ ਜ਼ਿਆਦਾ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਸੀਗਾ ਪਰ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਜਿਹੜਾ ਹੈਗਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਟੈਲਾ ਨੂੰ ਵੀ ਇਸ ਤਮਾਕੇ ਨੇ ਜਿਹੜਾ ਹੈਗਾ ਉਡਾ ਦਿੱਤਾ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਤਾਂ دہشت ਮਚਣੀ ਹੋ ਸੀ ਕਿਉਂਕਿ ਐਡੀ ਵੱਡੀ ਕੋਠੀ 'ਚ ਕੋਈ ਹਮਲਾ ਹੋਣਾ ਛੋਟੀ ਮੋਟੀ ਗਲਤੀ ਨਹੀਂ ਹੈਗੀ ਤਾਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਇਸ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਤਾਂ ਸੀਆਈਡੀ ਦੀਆਂ ਟੀਮਾਂ ਸੀਐਸਟਾਫ ਦੀਆਂ ਟੀਮਾਂ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤਾਂ ਜਾਣਦੇ ਹਾਂ ਕਿ ਇਸ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਤੇ ਜਿਹੜੀ ਤਫ਼ਤੀਸ਼ ਹੈਗੀ ਉਹਨਾਂ ਦੀ ਕਿੱਥੇ ਤੱਕ ਪਹੁੰਚੀ ਆ ਤਾਂ ਕੀ ਖੁਲਾਸਾ ਕੀਤਾ ਪੁਲਿਸ ਅਧਿਕਾਰੀਆਂ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਪਿੰਪਲਾਂ ਤੋਂ ਮਾਮਲਾ ਸਾਹਮਣੇ ਆਇਆ ਪੈਟਰੋਲ ਬੰਬ ਦਾ ਇੱਕ ਹੋਰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਅਮਰਜੀਤ ਸਿੰਘ ਪੁੱਤਰ ਕੇਰ ਸਿੰਘ ਸੰਸਿਟੀ ਕਲੋਨੀ ਪਿੰਪਲਾਂ ਵਾਲੇ ਜਿਹੜੀ ਹੈਗੀ ਉਹਨਾਂ ਦੇ ਘਰ ਕੋਈ ਜਿਹੜਾ ਹੈਗਾ ਆ ਅ ਅਗਰ ਜਦ ਜੰਤਰ ਕੋਈ ਸੜਕੇ ਗਏ ਹੈਗੇ ਆ ਤੇ ਉਹ ਅਸੀਂ ਫਿਰ ਇੱਥੇ ਮੌਕੇ ਤੇ ਆਏ ਸੀਗੇ ਜੀ ਇਹਦੇ ਵਿੱਚ ਸੀਸੀਟੀਵੀ ਵੀ ਕੈਮਰੇ ਵੀ ਜਿਹੜੇ ਅਸੀਂ ਚੈੱਕ ਕੀਤੇ ਹੈਗੇ ਆ ਉਹਦੇ ਵਿੱਚ ਨੌ ਦੋ ਨੌਜਵਾਨ ਜਿਹੜੇ ਆਏ ਆ ਉਹ ਘਰ ਦੇ ਬਾਹਰੋਂ ਬੋਤਲ ਦੇ ਵਿੱਚ ਪੈਟਰੋਲ ਪਾ ਕੇ ਅੱਗ ਲਾ ਕੇ ਜਿਹੜੇ ਉਹਨਾਂ ਦੇ ਘਰ ਅੰਦਰ ਸਿੱਟੀ ਆ ਉਹਦੇ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ ਤੇ ਬਾਕੀ ਜਿਹੜੀ ਹੈਗੀ ਆ ਸਟੇਟਮੈਂਟ ਜੋ ਲਿਖਾਉਣਗੇ ਅਮਰਜੀਤ ਸਿੰਘ ਜੀ ਉਹਨਾਂ ਨੂੰ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਲੱਗਦਾ ਕੋਈ ਧਮਕੀ ਭਰਿਆ ਕੋਈ ਫੋਨ ਵਗੈਰਾ ਕੋਈ ਆਇਆ ਹੋਵੇ ਜਾਂ ਇਸ ਦਾ ਮਾਮਲਾ ਲੱਗਦਾ ਨਹੀਂ ਇਹ ਸਾਰੀ ਅਸੀਂ ਉਹਨਾਂ ਕੋਲ ਜਿਹੜੀ ਪੁੱਛਗਿੱਛ ਕਰ ਲਈ ਹੈਗੀ ਆ ਤੇ ਇਸ ਤਰ੍ਹਾਂ ਦੀ ਅਜੇ ਕੋਈ ਨੋਟਿਸ ਦੇ ਵਿੱਚ ਨਹੀਂ ਆ ਨਾ ਉਹਨਾਂ ਨੇ ਕੋਈ ਸਾਨੂੰ ਇਸ ਤਰ੍ਹਾਂ ਦੱਸਿਆ ਆ ਕਿ ਸਾਨੂੰ ਕੋਈ ਥ੍ਰੈਟ ਆਈ ਹੈ ਜਾਂ ਕੋਈ ਸਾਨੂੰ ਕਿਸੇ ਦੇ ਨਾਲ ਕੋਈ ਰੰਜਿਸ਼ ਹੈਗੀ ਆ ਇਸ ਤਰ੍ਹਾਂ ਦੀ ਕੋਈ ਗੱਲ ਅਜੇ ਸਾਹਮਣੇ ਨਹੀਂ ਆਈ ਹੈ